अमृतसर में ट्रैफिक पुलिस और कार चालकों का हाई वोल्टेज ड्रामा देखने को मिला। आपको दिखाते हैं पूरा वीडियो, आप बताइए कौन सही कौन गलत। ਕੋਈ ਨੀ ਦੱਸੇਗਾ ਫਿਰ ਕੀ ਆ। ਆਦੇ ਆਜੀ ਕੋਈ ਚੱਕਰ ਨਹੀਂ, ਕਿਉਂ ਗਏ ਯਾਰ ਤੈਨੂੰ ਲੜਾਈ ਲੜਾਈ ਕਿਉਂ ਕਰਨੀ ਆ, ਫਿਰ ਕਿਉਂ ਚਲਾਣੀ ਆ, ਲੜਾਈ ਲੜੋ ਨਾ ਤੁਸੀਂ, ਚੜਾਣੀ ਫਿਰ ਕੀ ਹੋ ਗਿਆ। ਗੱਡੀ ਰੋਕ ਤੀ ਅਸੀਂ, ਰੋਕ ਲਈ ਜੀ, ਕਹਿੰਦਾ ਯੂਪੀ ਨੰਬਰ ਗੱਡੀ ਆ। ਹਾਂਜੀ, ਕਹਿੰਦਾ ਯੂਪੀ ਨੰਬਰ ਗੱਡੀ ਅਸੀਂ ਆ ਵੀ ਜਿੱਦਾਂ ਲਈ ਅਸੀਂ ਨੀ ਸਾਨੂੰ ਮਿਲੀ। ਹਾਂਜੀ, ਤੇ ਅਸੀਂ ਕੋਈ ਗੱਲ ਨੀ ਸਰ, ਚਲੋ ਜੇ ਠੀਕ ਹੋ ਗਈ ਗੱਲ। ਇਹਨੇ ਕਾਹਦੀ ਉਹ ਥੱਪੜ ਮਾਰਤਾ, ਕਿਹਨੇ ਮਾਰਿਆ ਜੀ? ਥਾਣਦਾਰ ਨੇ। ਬਸ ਕੋਈ ਚੱਕਰ ਨੀ, ਪੁਲਿਸ ਮੁਲਾਜ਼ਮ ਗੱਲ ਰਿਹਾ, ਚਲਾਨ ਕੱਟਤਾ, ਕੋਈ ਚੱਕਰ ਨੀ, ਦੇਖ ਲਾਂਗੇ। ਇਹਨਾਂ ਨੂੰ ਰੋਕਿਆ, ਹਵਲਦਾਰ ਲੈ ਕੇ ਆ, ਵੀ ਇਹਨਾਂ ਨੇ ਸੀਟ ਬੈਲਟ ਨਹੀਂ ਲਾਈ, ਨੰਬਰ ਪਲੇਟ ਨੇ ਜਿਹੀ, ਮੈਂ ਇਹਨੂੰ ਬੁਲਾਇਆ, ਮੈਂ ਕਿਹਾ ਜੀ, ਕਹਿੰਦੇ ਮੈਂ ਅਸੀਂ ਫੌਜੀ, ਮੈਂ ਕਿਹਾ ਚਲੋ ਤੁਸੀਂ ਮੌਕੇ ਦਾ ਕਰਾ ਲਓ, ਜਿਹੜਾ ਚਲਾਨ ਤੁਹਾਡਾ ਬਣਦਾ ਐਂ ਦੀ ਸਪੋਰਟ ਕਰਾ ਲਓ। ਕਹਿੰਦੇ ਚਲੋ ਠੀਕ ਹੈ ਜੀ, ਕਹਿੰਦਾ ਇਹਦੇ ਫਾਦਰ ਸਾਹਿਬ ਸਾਡਾ ਗਲਤ ਲੈਂਗੁਏਜ ਵਰਤਣ ਲੱਗ ਪਏ। ਚਲੋ ਮੈਂ ਦੱਸਣਾ ਤੁਹਾਨੂੰ, ਕੋਈ ਸਲਾਹ ਨਹੀਂ, ਸਾਰੇ ਇੱਥੇ ਗਵਾਹ ਨੇ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਕਿਹਾ ਕਿੱਦਾਂ ਕਰਦੇ ਜਾਂ ਮੇਰਾ, ਇਸ ਬੰਦੇ ਨੇ ਮੈਨੂੰ ਗਾਲ ਕੱਢੀ, ਮੇਰੇ ਕੰਮ 'ਚ ਰਿਕਾਰਡ ਮੇਰਾ ਚਲਾਨ ਪਾ ਰਿਹਾ ਇਸ ਬੰਦੇ ਨੇ। ਮੈਂ ਸਿੱਧੇ ਬਲੋਨੀ ਜੰਡੀ ਬਣੀ ਗੁੰਦੀ ਕਵਰੇਜ ਦੀ ਬਣੀ, ਮੈਂ ਕਰਾਉਂਗਾ ਚਲਾਨ ਪਾੜਿਆ। ਕਿਹੜਾ ਵਾ ਪਹਿਲਾਂ ਮੈਨੂੰ ਆ ਮੈਂ ਚਲਾਨ ਕੱਟਤਾ ਇਹਨਾਂ ਦਾ, ਤੇ ਮੈਂ ਥਾਣੇ ਇਹਨਾਂ ਨੂੰ ਸੱਚ ਬੁਲਾਇਆ, ਹੁਣ ਇਹਨੂੰ ਬੁਲਾ ਕੇ ਥਾਣੇ ਫਲਾਣ ਕੇ ਜੋ ਕਾਰਵਾਈ ਬਣਦੀ ਹੋਈ ਇੱਥੇ ਕਰਾਵਾਂਗਾ ਜੀ। ਉਹ ਤਾਂ ਕਾਰਵਾਈ